केंद्रीय राज्य मंत्री डॉक्टर जितेंद्र सिंह एक दिवसीय दौरे पर लखनऊ पहुंचे। इस दौरान केंद्रीय राज्य मंत्री जितेंद्र सिंह ने वीर बाल दिवस के मौके पर कैंट स्थित गुरुद्वारे में अपना मत्था टेका। इसी क्रम में केंद्रीय राज्य मंत्री जितेंद्र सिंह ने वीर बाल दिवस को लेकर कहा कि गुरु गोविंद सिंह महाराज जी ने जिस तरह अपनी आंखों के सामने अपने पुत्रों की कुर्बानी बलिदानी दी, वह दुनिया के सामने एक मिसाल है। उन्होंने कहा कि इससे बड़ी कोई शहादत नहीं हो सकती। ਬਾਲ ਦਿਵਸ ਸੀ ਤੇ ਇੱਕ ਮੌਕਾ ਹੈ ਸਾਨੂੰ ਯਾਦ ਕਰਨ ਦਾ। ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਇਸ ਕੋਲੋਂ ਵੱਡੀ ਕੋਈ ਸ਼ਹਾਦਤ ਨਹੀਂ ਹੋ ਸਕਦੀ ਤੇ ਇਸ ਕੋਲੋਂ ਵੱਡੀ ਕੋਈ ਕੁਰਬਾਨੀ ਨਹੀਂ ਹੋ ਸਕਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਤਰ੍ਹਾਂ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਦੀ ਕੁਰਬਾਨੀ ਦੇਖੀ ਹੈ, ਉਹ ਦੇ ਕੇ ਇੱਕ ਦੁਨੀਆਂ 'ਚ ਮਿਸਾਲ ਵੀ ਕਾਇਮ ਕੀਤੀ ਤੇ ਇੱਕ ਪੈਗਾਮ ਦਿੱਤਾ ਕਿ ਵਤਨ ਦੇ ਵਾਸਤੇ, ਮੁਲਕ ਦੇ ਵਾਸਤੇ ਕੋਈ ਵੀ ਕੁਰਬਾਨੀ ਵੱਡੀ ਨਹੀਂ ਤੇ ਵਤਨ ਦੀ ਮੁਹੱਬਤ ਕੋਲੋਂ ਵੱਡੀ ਕੋਈ ਮੁਹੱਬਤ ਨਹੀਂ, ਭਾਵੇਂ ਉਹ ਪੁੱਤਰ ਮੋਹ ਹੀ ਕਿਉਂ ਨਾ ਹੋਵੇ। ਅਸੀਂ ਹੁਣ ਆਮ ਇਨਸਾਨ ਉਸ ਅਜ਼ੀਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਦਰਜੇ ਤੱਕ ਪਹੁੰਚਣ ਦੀ ਨਾ ਤੌਫੀਕ ਰੱਖਦਾ ਹੈ, ਨਾ ਉਸ ਕਿਸਮ ਦੀ ਸਾਡੇ ਵਿੱਚ ਸ਼ਮਤਾ ਹੈ। ਮਗਰ ਕੁਛ ਨਾ ਕੁਛ ਥੋੜ੍ਹਾ ਬਹੁਤ ਸਿੱਖ ਕਰਕੇ ਅਸੀਂ ਅਗਰ ਉਸੇ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਮੈਨੂੰ ਲੱਗਦਾ ਕਿ ਸਮਾਜ 'ਚ ਜਿੰਨੀਆਂ ਕੁਰੀਤੀਆਂ ਨੇ, ਅੱਜ ਕੱਲ੍ਹ ਜਿੰਨੇ ਪਾਪ ਹੋ ਰਹੇ ਨੇ, ਇਹ ਜਿਹੜੇ ਮੁਲਕ ਨੂੰ ਤੋੜਨ ਦੀਆਂ ਤਾਕਤਾਂ ਨੇ ਅਤੇ ਕੌਮ ਦੀ ਹਿਫਾਜ਼ਤ ਕਰਨ ਵਾਸਤੇ ਜਿਹੜੇ ਲੋਕ ਹਮੇਸ਼ਾ ਜਦੋਂ ਜਹਿਦ ਕਰਦੇ ਨੇ, ਉਹਨਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਸਾਡੇ ਸਾਰਿਆਂ ਵਾਸਤੇ ਇੱਕ ਪ੍ਰੇਰਣਾ ਹਾਸਲ ਕਰਨ ਵਾਲਾ ਮੌਕਾ ਹੈ। ਅਤੇ ਮੈਂ ਧੰਨਵਾਦ ਕਰਾਂਗਾ ਪ੍ਰਧਾਨ ਮੰਤਰੀ ਮੋਦੀ ਜੀ ਦਾ ਕਿ ਉਹਨਾਂ ਨੇ ਵੀਰ ਬਾਲ ਦਿਵਸ ਨੂੰ ਇੱਕ ਔਪਚਾਰਿਕ ਤੌਰ 'ਤੇ ਇੱਕ ਦਿਨ ਘੋਸ਼ਿਤ ਕਰਕੇ ਇਸ ਮੁਲਕ ਨੂੰ ਇੱਕ ਬਹੁਤ ਵੱਡਾ ਪੈਗਾਮ ਦਿੱਤਾ ਹੈ।